ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਸੋ ਮੇਰੇ ਪਿੱਛੇ ਵੈਨਿਟੀਆਂ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਔਨ ਲੋਕੇਸ਼ਨ ਸ਼ੂਟ ਤੇ ਆਏ ਆ ਤੇ ਸਿੱਪੀਗਲ ਤੇ ਸਾਰਾ ਗੁਰਪਾਲ ਦੀ ਵੈਬ ਮੂਵੀ ਦਾ ਸ਼ੂਟ ਚੱਲ ਰਿਹਾ ਹੈ ਤੇ ਆਓ ਤੁਹਾਨੂੰ ਸ਼ੂਟਿੰਗ ਦਾ ਮਾਹੌਲ ਦਿਖਾ ਰਿਆਂ ਨਾਲੇ ਸਟਾਰ ਕਾਸਟ ਨਾਲ ਗੱਲਬਾਤਾਂ ਕਰਾਂਗੇ ਫਿਲਮ ਤੁਹਾਡੀ ਆ ਰਹੀ ਹੈ ਚਪਾਲ ਦੇ ਵਾਸਤੇ ਉਹਦੇ ਬਾਰੇ ਕੀ ਕਹਿਣਾ ਕਿਹੋ ਜਿਹਾ ਕਿਰਦਾਰ ਹੈ ਉਸਦੇ ਬਾਰੇ ਥੋੜਾ ਜਿਹਾ ਦੱਸੋ ਜਿਹੜੀ ਇਹ ਵੈਬ ਫਿਲਮ ਹੈ ਕਿਰਦਾਰ ਬਾਰੇ ਤਾਂ ਮੈਂ ਉੱਪਰ ਨਹੀਂ ਕਰ ਸਕਦਾ ਜਿਵੇਂ ਆਪਾਂ ਹੁਣ ਸ਼ੂਟ ਤੇ ਹੀ ਬੈਠੇ ਹੋਏ ਆਂ ਤੇ ਬਟ ਐਵੇਂ ਆ ਕਿ ਇਹ ਇੱਕ ਫੈਮਿਲੀ ਡਰਾਮਾ ਆ ਜਿਵੇਂ ਇੱਕ ਜੱਦੀ ਸਰਦਾਰ ਸੀ ਔਰ ਮੈਂ ਜਿਹੜੀ ਇਹ ਫਿਲਮ ਆ ਆਪਦੇ ਟੇਸਟ ਤੋਂ ਹਟ ਕੇ ਜਿਵੇਂ ਐਕਸ਼ਨ ਤੋਂ ਹਟ ਕੇ ਕੀਤੀ ਆ ਪਰ ਫੇਰ ਵੀ ਇਹਨਾਂ ਨੇ ਮੈਥੋਂ ਐਕਸ਼ਨ ਕਰਵਾਈ ਲੈਣਾ ਮੈਨੂੰ ਪਤਾ ਆ ਕਿਤੇ ਨਾ ਕਿਤੇ ਮੇਰੇ ਹੱਥ 'ਚ ਟੱਕਵਾ ਗੰਡਾਸਾ ਫੜਾਈ ਦਿੰਦੇ ਨੇ ਉਹੀ ਗੱਲ ਆ ਨਾ ਕਿਉਂਕਿ ਮੈਥੋਂ ਉਮੀਦ ਕਰਦੇ ਨੇ ਕਿ ਨਾ ਪਤੂ ਆ ਕੰ ਤੇ ਇਹਨੂੰ ਡਾਇਰੈਕਟ ਕਰ ਰਿਹਾ ਸਾਡਾ ਪ੍ਰਸਾਗਰ ਤੇ ਚੋਪਾਲ ਦੀ ਜਿਹੜੀ ਹੈਗੀ ਹੈ ਵੈਬ ਫਿਲਮ ਹੈ ਵੈਬ ਫਿਲਮ ਹੈ ਤੇ ਉਰੀ ਪ੍ਰੋਡਕਸ਼ਨ ਦੇ ਅੰਡਰ ਇਹ ਸ਼ੂਟ ਹੋ ਰਹੀ ਹੈ ਜਿੰਨਾਂ ਨਾਲ ਮੈਂ ਮਰ ਜਾਣੇ ਕੀਤੀ ਸੀ ਹੈਨਾ ਜੇ ਆਪਾਂ ਉਹੀ ਗੱਲ ਕਰੀਏ ਵੀ ਫਿਲਮਾਂ ਚੰਗੀਆਂ ਰਹਿਣਗੀਆਂ ਜਾਂ ਮਾੜੀਆਂ ਰਹਿਣਗੀਆਂ ਇਹ ਚੀਜ਼ਾਂ ਦਾ ਜਿਹੜਾ ਹੁੰਦਾ ਸਿਸਟਮ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਸੇ ਆਰਟਿਸਟ ਕਰਕੇ ਰਹੇਗੀ ਉਹਦੇ ਪਿੱਛੇ ਬਹੁਤ ਸਾਰਕਮਸਟੈਂਸ ਹੁੰਦੇ ਆ ਜੇ ਇਹ ਆਰਟਿਸਟ ਕਰਕੇ ਨੁਕਸਾਨ ਮੰਨੇ ਜਾਣ ਤਾਂ ਸ਼ਾਇਦ ਅੱਜੀ ਦੂਸਰੀ ਵੈਬ ਸੀਰੀਜ਼ ਮੈਂ ਤੇ ਉਰੀ ਸਭ ਸ਼ੁਰੂ ਹੀ ਨਾ ਕਰਦੇ ਠੀਕ ਹੈ ਨਾ ਜੀ ਸੋ ਜਿਹੜੇ ਪ੍ਰੋਫੈਸ਼ਨਲ ਮੇਕਰਸ ਨੇ ਇਸ ਚੀਜ਼ ਨੂੰ ਸਮਝਦੇ ਨੇ ਵੀ ਸਰਕਮਸਟਾਂਸ ਜਦੋਂ ਹਾਵੀ ਹੋ ਜਾਂਦੇ ਨੇ ਉਦੋਂ ਬਹੁਤ ਨੁਕਸਾਨ ਵੀ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਬਾਕੀ ਤਾਂ ਸਮੇਤ ਇਹ ਸਾਰਾ ਕੁਝ ਬੜਾ ਬਿਜ਼ੀ ਮਾਹੌਲ ਚੱਲ ਰਿਹਾ ਹੈ ਲੇਕਿਨ ਸ਼ਾਰਟ ਦੇ ਕੇ ਹੁਣ ਆ ਗਏ ਨੇ ਸਾਡੇ ਕੋਲ ਤਰਸੀਮ ਸੱਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਪਹਿਲਾ ਤਾਂ ਮੈਨੂੰ ਦੱਸੋ ਕੀ ਮਾਹੌਲ ਹੈ ਤੇ ਕਿਹੋ ਜਿਹਾ ਲੱਗ ਰਿਹਾ ਹੈ ਸਿਪੀ ਹੋਰਾਂ ਦੇ ਨਾਲ ਕੀ ਐਕਸਪੀਰੀਅੰਸ ਲੱਗ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਐ ਐਕਚੁਅਲੀ ਸਿਪੀ ਹੋਰਾਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਤੇ ਬਹੁਤ ਵਧੀਆ ਕੋਆਪਰੇਟਿਵ ਇਨਸਾਨ ਨੇ ਹੋ ਬਾਕੀ ਸਾਰੀ ਟੀਮ ਵੀ ਬਹੁਤ ਵਧੀਆ ਹੈ ਹੋਰੀ ਪ੍ਰੋਡਕਸ਼ਨਸ ਦੇ ਅੰਡਰ ਇਹ ਚੱਲ ਰਿਹਾ ਉਹਨਾਂ ਨਾਲ ਵੀ ਮੈਂ ਪਹਿਲਾਂ ਕੰਮ ਕੀਤਾ ਸੋ ਬਹੁਤ ਹੀ ਫੈਮਿਲੀ ਆ ਬਹੁਤ ਅੱਛਾ ਚੱਲ ਰਿਹਾ ਕੰਮ ਆਪਣੀ ਕਿਰਦਾਰ ਵਾਂਗ ਹਾਂ ਮੈਂ ਇੱਕ ਕਿਰਦਾਰ ਕਰ ਰਿਹਾ ਕਿ ਸਰਪੰਚ ਹੈ ਜੋ ਕਿ ਮੇਰੇ ਇੱਕ ਬਹੁਤ ਹੀ ਅਸਰ ਸੁਖ ਵਾਲਾ ਸਰਪੰਚ ਹੈ ਸੋ ਕਿਰਦਾਰ ਤਾਂ ਇਹੀ ਹੈ ਹੁਣ ਡਿਟੇਲ ਦੇ ਵਿੱਚ ਤਾਂ ਜਾਵਾਂਗੇ ਤਾਂ ਫਿਰ ਕੰਮ ਥੋੜਾ ਜਿਹਾ ਗੜਬੜ ਹੋ ਜਾਂਦਾ ਹੈ ਤੋ ਪਰ ਇਟਸ ਅ ਵੈਰੀ ਡਿਫਰੈਂਟ ਕਾਈਂਡ ਆਫ ਕੈਰੈਕਟਰ ਬੜੀ ਅਸੂਲੀ ਬੰਦਾ ਹੈ ਇਹ ਆਪਣੇ ਅਸੂਲਾਂ ਤੇ ਕਾਇਮ ਰਹਿੰਦਾ ਤੇ ਬਾਕੀ ਇਹ ਹੈ ਕਿ ਇੱਕ ਸਸਪੈਂਸ ਥ੍ਰਿਲਰ ਥ੍ਰਿਲਰ ਹੈ। ਤਾਂ ਇਹਦੇ ਵਿੱਚ ਜੇ ਹੁਣ ਅਸੀਂ ਬਹੁਤਾਂ ਡਿਟੇਲ ਚ ਚਲੇਗੇ ਫਿਰ ਸਾਡਾ ਸਸਪੈਂਸ ਖਤਮ ਹੋ ਜਾਣਾ ਹੈ। ਤੇ ਇਸੇ ਕਰਕੇ ਇਹਦਾ ਜਿਹੜਾ ਜਨਰ ਹੈ ਸਸਪੈਂਸ ਥ੍ਰਿਲਰ ਥ੍ਰਿਲਰ ਹੈ ਜਿਹਨੇ ਬਹੁਤ ਵਧੀਆ ਕਹਾਣੀ ਲਿਖੀ ਆ ਤੇ ਡਾਇਰੈਕਟ ਕਰ ਰਹੇ ਨੇ ਮਿਸਟਰ ਸਾਗਰ ਸ਼ਰਮਾ ਤੇ ਮਹੇਸ਼ ਜੀ ਮਿਸਟਰ ਡੀਓ ਕੀ ਨੇ। ਲੋਰੀ ਪ੍ਰੋਡਕਸ਼ਨਸ ਦੀ ਹੈ ਪ੍ਰੋਡਕਸ਼ਨ ਹੈ। ਦਰਸ਼ਕਾਂ ਲਈ ਇਹ ਹੈ ਕਿ ਤੁਹਾਨੂੰ ਹਟਕੇ ਚੀਜ਼ ਮਿਲਣ ਵਾਲੀ ਹੈ ਬਹੁਤ ਐਂਟਰਟੇਨਿੰਗ ਵੀ ਹੈ ਸਸਪੈਂਸ ਤਾਂ ਹੈ ਹੀ ਜਦੋਂ ਜਿਹੜਾ ਸਸਪੈਂਸ ਵਾਲੀ ਫਿਲਮ ਹੈ ਤੁਹਾਨੂੰ ਜਿਹੜੀ ਤੁਹਾਡੀ ਕੁਰਿਓਸਿਟੀ ਬਣੀ ਰਹਿੰਦੀ ਹੈ ਵੀ ਅੱਗੇ ਕੀ ਹੋਣਾ ਹੁਣ ਕੀ ਹੋਏਗਾ ਸੋ ਸਾਰਿਆਂ ਲਈ ਇੱਕ ਬਹੁਤ ਵਧੀਆ ਸਬਜੈਕਟ ਲੈ ਕੇ ਆ ਰਹੀ ਹੈ ਉਰੀ ਪ੍ਰੋਡਕਸ਼ਨਸ ਔਰ ਚੌਪਾਲ ਨਾਲ ਰਿਲੇਟਡ ਹੈ ਤੇ OTT ਪਲੇਟਫਾਰਮ ਦੀ ਫਿਲਮ ਹੈ ਤੋਂ ਮੈਂ ਦਰਸ਼ਕਾਂ ਨੂੰ ਤਾਂ ਇਹ ਹੀ ਕਹਾਂਗਾ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋ ਜੋ ਸਾਡੀ ਉਮੀਦ ਹੈ ਕਿਉਂਕਿ ਸਾਰੇ ਬੰਦੇ ਬਹੁਤ ਮਿਹਨਤ ਲਾ ਕੇ ਕੰਮ ਕਰ ਰਹੇ ਨੇ ਤੇ ਸਾਰਿਆਂ ਨੂੰ ਗੁਜ਼ਾਰਿਸ਼ ਵੀ ਹੈ ਕਿ ਇਹਨੂੰ ਵੱਤ ਤੋਂ ਵੱਤ ਦੇਖਣਾ ਤਾਂ ਕਿ ਅਸੀਂ ਸਾਨੂੰ ਹੌਸਲਾ ਫਜ਼ਾਈ ਹੋਵੇ ਅਸੀਂ ਹੋਰ ਵਡੀਆਂ ਕੰਮ ਤੁਹਾਡੇ ਅੱਗੇ ਲੈ ਕੇ ਆ ਸਕੀ ਦੇ ਸੈੱਟ ਤੇ ਮੇਰੇ ਨਾਲ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਤੇ ਰਾਈਟਰ ਮੌਜੂਦ ਨੇ ਤੇ ਸਰ ਕੀ ਮਾਹੌਲ ਹੈਗਾ ਸੈੱਟ ਦਾ ਬਣਿਆ ਹੋਇਆ ਸ਼ਾਰਟ ਲਈ ਜਾਂਦੇ ਆਂ ਹਾਂ ਬਿਲਕੁਲ ਸ਼ਾਰਟ ਲਈ ਜਾਂਦੇ ਆਂ ਤੁਹਾਡੇ ਸਾਹਮਣੇ ਹੀ ਆ ਤੁਸੀਂ ਸਵੇਰ ਤੋਂ ਮਾਹੌਲ ਦੇਖ ਹੀ ਰਹੇ ਹੋ ਤੇ ਕਿੰਨੀ ਭਜਾ ਦੌੜੀ ਚੱਲ ਰਹੀ ਆ ਔਰ ਹੀ ਸਾਹਮਣੇ ਮੇਲਾ ਲਾਇਆ ਹੋਇਆ ਵੈ ਇਹ ਮੇਲੇ ਦੇ ਇੰਚਾਰਜ ਮੈਨੂੰ ਬਣਾਤਾ ਹੈ ਇਹ ਆਂਦੇ ਵਿੱਚ ਮੇਲੇ ਦੇ ਝੁੱਲੇ ਵਾਸਤੇ ਪੈਸੇ-ਪੈਸੇ ਦੇ ਜਾਂਦੇ ਆ ਝੁੱਲਾ ਝੁੱਲਦੇ ਰਹਿੰਦੇ ਆ ਇਹ ਕੰਮ ਕਰਦੇ ਰਹਿੰਦੇ ਕੀ ਕਰ ਰਹੇ ਨੇ ਨਾ ਟਰਸਟ ਕਰਨ ਇਹ ਮੇਰਾ ਭਰਾ ਵੈ ਛੋਟਾ ਔਰ ਕਾਫੀ ਸਾਲਾਂ ਤੋਂ ਅਸੀਂ ਚੰਗੇ ਦੋਸਤ ਵੀ ਐ ਤੇ ਹੁਣ ਮੈਂ profession 'ਚ ਜੁੜੇ ਹੈਗੇ ਇੱਕ ਫਿਲਮ ਕੀਤੀ ਫਿਰ ਮਾਮਲਾ ਗੜਵੜ ਮੈਂ ਤਾਂ ਇਹੀ ਕਹੂੰਗਾ ਕਿ ਅਸੀਂ 10 ਸਾਲ ਫਿਲਮਾਂ ਬਣਾਉਂਦੇ ਹੋ ਗਏ ਇਹ ਮੇਰੀ ਬ੍ਰੇਨ ਨੂੰ ਸੈਂਸ ਕਰ ਲੈ ਸਾਗਰ ਦੀ ਸਭ ਤੋਂ ਵੱਡੀ ਸਮਾਰਟਨੈਸ ਇਹ ਹੈ ਕਿ ਪ੍ਰੋਡਕਸ਼ਨ ਨੂੰ ਕੀ ਚਾਹੀਦਾ ਹੁੰਦਾ ਕਿ ਕ੍ਰੀਏਟਿਵ ਵਰਕ ਵਿਦ ਲੈਸ ਮਨੀ ਹੋਵੇ ਵਿਦ ਲੈਸ ਨੰਬਰ ਆਫ ਡੇਸ ਹੋਵੇ ਇਹ ਸੈਂਸ ਕਰਦੇ ਆ ਨਾ ਲੈਣ ਦੀ ਟੀਮ 'ਚ ਅਜੇ ਜੁੜਿਆ ਹੋਇਆ ਹੈ ਉਹ ਵੀ ਬ੍ਰੇਨ ਨੂੰ ਰੀਡ ਕਰਦੇ ਰਹਿੰਦਾ ਕਿ ਔਰੀ ਸਾਹਿਬ ਨੂੰ ਕਸਟਰੀਆਂ ਕਿੱਦਾਂ ਦੀ ਪਸੰਦ ਹੈਗੀਆਂ ਤੇ ਇਹ ਕੋਈ ਨਾ ਕੋਈ ਗੱਲਾਂ ਦੇ ਵਿੱਚ ਫਸਾਈ ਲੈਂਦੇ ਔਰ ਫਿਰ ਸ਼ੁਰੂ ਕਰਾਈ ਦਿੰਦੇ ਹੈਗਾ ਜਦੋਂ ਇਹ ਸ਼ੁਰੂ ਹੋ ਜAVE ਤੇ ਫਿਰ ਕਾਰਵਾ ਚੱਲਦਾ ਰਹਿੰਦਾ ਫਿਰ ਮੇਲਾ ਲੱਗ ਜਾਂਦਾ ਹੈਗਾ ਅੱਛਾ ਤੁਹਾਡੇ ਤੇ ਇਜ਼ਾਮ ਲੱਗ ਰਿਹਾ ਸੀ ਵੀ ਸਕ੍ਰਿਪਟ ਬੜੀ ਕੰਪਲਿਕੇਟਿਡ ਰੱਖੀ ਆ ਤੇ ਸਕਰੀਨ ਤੇ ਲਿਆਉਣ ਲਈ ਬੜੀ ਉਹਨਾਂ ਨੂੰ ਜਦਦ ਜਾਇਦ ਕਰਨੀ ਪੈ ਰਹੀ ਆ ਦੇਖੋ ਜੀ ਤਾਂ ਜਿੰਨੀ ਸਕ੍ਰਿਪਟ ਕੰਪਲਿਕੇਟਿਡ ਹੋਏਗੀ ਮਾਰਕੀਟ ਨੂੰ ਉੰਨੀ ਪਸੰਦ ਆਏਗੀ ਤੇ ਆਈ ਥਿੰਕ ਪਹਿਲਾਂ ਪਸੰਦ ਕੀਤੀ ਔਰੀ ਸਾਹਿਬ ਨੇ ਫਿਰ ਸਾਡੇ ਡਾਇਰੈਕਟਰ ਸਾਹਿਬ ਨੇ ਕੰਪਲੀਕੇਟਡ ਸਕ੍ਰਿਪਟਸ ਲਿਖਾਂਗੇ ਤਾਂ ਹੀ ਸ਼ਾਇਦ ਆਡੀਅנס ਜਿਹੜੀ ਹੈਗੀ ਆ ਉਹ ਇਸ ਮਾਰਕੀਟ ਦੇ ਵਿੱਚ ਸਾਨੂੰ ਉਪਰ ਚਾ ਚੱਕੇਗੀ। ਇੰਨੇ ਦੀ ਮੋਟੀ ਦੀ ਗੱਲ ਹੈਗੀ ਐ ਜੀ ਬਸ। ਹੋਰ ਦੱਸੋ। ਬਾਕੀ ਸਾਰਿਆਂ ਨੂੰ ਤੁਸੀਂ ਇਨਸਟਰਕਸ਼ਨ ਦਿੱਤੀਆਂ ਹੋਈਆਂ ਵੀ ਕਹਾਣੀ ਬਾਰੇ ਕੁਝ ਨਹੀਂ ਦੱਸਣਾ। ਤੁਸੀਂ ਆਪੀ ਦਾ ਅੱਦਾ ਥੋੜਾ ਨੇ। ਨਹੀਂ ਜੀ ਕਹਾਣੀ ਬਾਰੇ ਕਹਾਣੀ ਵੈਸੇ ਤਾਂ ਕੁਝ ਖਾਸ ਨਹੀਂ ਹੈਗੀ। ਚੰਗੀ ਆ। ਇਹ ਮੈਨੂੰ ਪੁੱਛੋ। ਇਹਨਾਂ ਨੂੰ ਪੁੱਛੋ। ਮੈਂ ਦੱਸਦਾ। ਜਿਸ ਤਰ੍ਹਾਂ ਦੋ ਸਾਲ ਲੋਕ ਕੋਵਿਡ ਦੇ ਵਿੱਚ ਘਰ ਰਹੇ ਆ ਨਾ OTT ਪਲੇਟਫਾਰਮ ਨੇ ਆਡੀਅנס ਦਾ ਜਿਹੜਾ ਟੇਸਟ ਹੈਗਾ ਨਾ ਉਹ ਬਹੁਤ ਮਤਲਬ ਇੱਕ ਕਹਿੰਦਾ ਨਾ ਟੇਸਟ ਹਾਇਰ ਕਰਤਾ ਹੈਗਾ ਕਿ ਆਮ ਚੀਜ਼ ਲੋਕਾਂ ਨੂੰ ਹੁਣ ਪਸੰਦ ਨਹੀਂ ਆਸੀ ਆਪਾਂ ਰੂਟੀਨ ਵੀ ਕੋਈ ਫਿਲਮ ਕਰ ਲਈ ਜਿਹੜਾ ਰੂਟੀਨ ਸਕ੍ਰਿਪਟ ਚੱਕ ਕੇ ਜੇ ਫਿਲਮ ਬਣਾਉਣ ਲੱਗ ਜਾਈਏ ਕਿਉਂਕਿ ਇੰਨਾ ਕ ਕੰਟੈਂਟ ਹਰ ਪਲੇਟਫਾਰਮ ਦੇ ਉੱਤੇ ਪਿਆ ਹੈਗਾ ਆਡੀਅנס ਨੂੰ ਘਰ ਬੈਠੇ ਇੰਨੀ ਚੁਆਇਸ ਮਿਲ ਗਈ ਹੈ ਤੇ ਸਾਨੂੰ ਇੱਕ ਸਤਰ ਉੱਪਰ ਜਾਣਾ ਹੀ ਪੈਣਾ ਹੈ ਇੱਕ ਲੈਵਲ ਉੱਪਰ ਜਾਣਾ ਹੀ ਪੈਣਾ ਹੈ ਕਿ ਆਡੀਅנס ਵੀ ਪੰਜਾਬੀ ਦੇ ਵਿੱਚ ਵੀ ਉਹਨੂੰ ਰਾਈਟਿੰਗ ਦੀ ਵਧੀਆ ਲੱਗੇ ਕਿ ਉਹ ਹਿੰਦੀ ਨੂੰ ਤਦੀ ਟੱਕਰ ਦਵਾਂਗੇ ਨਹੀਂ ਤੇ ਨਹੀਂ ਕਰ ਪਾਵਾਂਗੇ ਕਿਉਂਕਿ ਪ੍ਰੋਡਕਸ਼ਨ ਦੇ ਵਿੱਚ ਤੇ ਪੰਜਾਬੀ 'ਚ ਉਹਨਾ ਪੈਸਾ ਨਹੀਂ ਹੈਗਾ ਜਿੰਨਾ ਹਿੰਦੀ ਦੇ ਵਿੱਚ ਉਹ ਸਪੈਂਡ ਕਰਦੇ ਹੈਗਾ ਬਟ ਰਾਈਟਿੰਗ ਦੇ ਰਾਈ ਆਪੀ ਅਸੀਂ ਬਹੁਤ ਕੁਝ ਦਿਖਾ ਸਕਦੇ ਉਹ ਰਾਈਟਰ ਦੀ ਕਲਮ ਦੀ ਪਾਵਰ ਜਿਹੜੀ ਹੈਗੀ ਨਾ ਉਹਨੂੰ ਯੂਜ਼ ਕਰਦੇ ਹੋਏ ਸਾਗਰ ਜੀ ਸਮਾਰਟ ਵੇ ਨਾਲ ਘੱਟ ਦੇਣਾ ਚ ਫਿਲਮ ਸ਼ੂਟ ਕਰਕੇ ਔਰ ਲੁੱਕ ਵਧੀਆ ਕੱਢ ਕੇ ਜਿਹੜੀ ਕਿ ਫਿਲਮ ਵੀ ਵੱਡੀ ਲਗਣੀ ਚਾਹੀਦੀ ਹੈ ਉਹ ਵੀ ਕੁਆਲਿਟੀ ਹੋਣੀ ਚਾਹੀਦੀ ਡਾਇਰੈਕਟਰ ਹੈਗੀ ਆ ਦੋਨਾਂ ਦੇ ਵਿੱਚ ਤਦ ਹੀ ਇਹ ਚੱਲਦੇ ਜਾ ਰਿਹਾ ਔਰ ਇਹ ਸਫਰ ਰਬ ਕਰੇ ਅੱਗੇ ਹੋਰ ਵਧੇ ਔਰ ਚੱਲਦਾ ਰਵੇ ਸਾਰਾ ਤੇ ਸਿੱਪੀ ਦੀ ਜੋੜੀ ਵਾਰੀ ਕਿਵੇਂ ਸੋਚਿਆ ਸੀ ਆ ਐਕਚੁਅਲੀ ਸਿੱਪੀ ਭਾਈ ਮੈਂ ਮਮੋਗੇ ਤੋਂ ਆ ਸਿੱਪੀ ਮੇਰਾ ਕਾਲਜ ਦਾ ਜੂਨੀਅਰ ਵੀ ਹੈ ਤੇ ਸ਼ੁਰੂ ਤੋਂ ਮਤਲਬ ਇੱਕ ਸੀਗਾ ਕਿ ਕੁਝ ਇਹੋ ਜਿਹਾ ਸਬਬ ਬਣਿਆ ਨਹੀਂ ਤੇ ਔਰੀ ਸਾਹਿਬ ਨੇ ਉਹਨਾਂ ਨੇ ਮਰ ਜਾਣਾ ਫਿਲਮ ਕੀਤੀ ਤੇ ਔਰੀ ਸਾਹਿਬ ਨੇ ਬੜੀ ਤਾਰੀਫ ਕੀਤੀ ਕਿ ਯਾਰ ਬਹੁਤ ਪੰਕਚੁਅਲ ਐਕਟਰ ਆ ਬਹੁਤ ਡਿਸਿਪਲਿਨਡ ਆ ਮਤਲਬ ਮਿਹਨਤੀ ਬੰਦਾ ਵੈ ਤੇ ਫਿਰ ਕਹਾਣੀ ਬੰਦੇ ਬੰਦੇ ਜਦੋਂ ਆਈ ਤੇ ਭਾਜੀ ਨੂੰ ਦੱਸੀ ਤੇ ਭਾਜੀ ਕਹਿੰਦਾ ਆਪਾਂ ਸਿੱਪੀ ਨਾਲ ਗੱਲ ਕਰੀਏ ਮੈਂ ਕਿਹਾ ਸਾਡਾ ਤਾਂ ਦੋਸਤ ਹੈਗਾ ਯਾ ਤੁਹਾਡੇ ਨਾਲ ਵੀ ਪ੍ਰੋਫੈਸ਼ਨਲ ਰਿਲੇਸ਼ਨ ਤੇ ਪਰਸਨਲ ਰਿਲੇਸ਼ਨ ਬੜੇ ਅੱਛੇ ਆ ਬਾਈ ਨੂੰ ਕਹਾਣੀ ਸੁਣਾਈ ਬਾਈ ਐਕਸਾਈਟਡ ਹੋ ਗਿਆ ਅਸੀਂ ਕੰਮ ਸ਼ੁਰੂ ਕਰਤਾ ਸੇਮ ਸਾਰਾ ਨਾਲ ਹੀ ਆ ਤੇ ਸਾਰਾ ਨਾਲ ਵੀ ਓਰੀ ਸਾਹਿਬ ਨੇ ਫਿਲਮ ਕੀਤੀ ਸੀਗੀ ਆਪਸ਼ਨ ਚ ਦੋ ਤਿੰਨ ਬੰਦੇ ਸੀਗੇ ਅ ਅਜੇ ਭਾਜੀ ਸਟੋਰੀ ਸੁਣਾ ਕੇ ਆ ਸਾਰਾ ਕਹਿੰਦੀ ਮੈਂ ਫਿਲਮ ਕਰਨੀ ਕਰਨੀ ਆ ਫਿਰ ਓਰੀ ਸਾਹਿਬ ਨੇ ਪੈਸੇ ਬੁਸੇ ਦਿੱਤੇ ਹੁਣੇ ਐਸਾਈਨਿੰਗ ਕਰਤੀ ਡੇਟਾ ਲੈ ਲਈ ਅਸੀਂ ਫਿਲਮ ਸ਼ੁਰੂ ਕਰ ਲਈ ਹਨਾ ਬਾਈ ਜੀ ਇਹੀ ਹੈ ਨਾ ਆ ਆ ਮੋਸਟ ਪ੍ਰੋਬਬਲੀ April ਐਂਡ অর ਮਈ ਸਾਡਾ ਉਤਾ ਟਾਰਗੇਟ ਹੈਗਾ ਉਹਨਾਂ ਨੂੰ ਦੇਣ ਦਾ ਬਾਕੀ ਉਹਨਾਂ ਦਾ ਆਪਣਾ ਪਲੇਟਫਾਰਮ ਹੈ ਚਪਾਲ ਵਾਲਿਆਂ ਦਾ ਉਹਨਾਂ ਦੀ ਕੀ ਪਲਾਨਿੰਗਸ ਹੈ ਕਿਹੜੀ ਪਲਾਨਿੰਗਸ ਦੇ ਉਹ ਸਾਡੀ ਫਿਲਮ ਮਤਲਬ ਇੱਕ ਹੁੰਦਾ ਨਾ ਕਿਸੇ ਵੀ ਚੈਨਲ ਦੀ ਇੱਕ ਪਲਾਨਿੰਗ ਹੁੰਦੀ ਹੈ ਕਿ ਮਈ ਵਿੱਚ ਕਰਾਂਗੇ ਜੂਨ ਚ ਕਰਾਂਗੇ ਉਹਨਾਂ ਤੇ ਆ ਅਸੀਂ ਉਹਨਾਂ ਨੂੰ ਮੋਸਟ ਪ੍ਰੋਬਬਲੀ ਮਿਡ ਆਫ ਮਈ ਜਾਂ ਐਂਡ ਆਫ April ਡਿਲੀਵਰ ਕਰ ਦਾਂਗੇ ਫਿਲਮ ਦੀ ਗੱਲ ਕਰਾਂ ਤੇ ਕਿ ਕਿੱਦਾਂ ਦਾ ਕਿਰਦਾਰ ਹੈ ਉਹਦੇ ਬਾਰੇ ਦੱਸ ਸਕਦੇ ਜਿਹੜੀ ਚਪਾਨ ਲੈ ਆ ਰਹੀ ਹੈ ਅ ਮੇਰੇ ਕੈਰੈਕਟਰ ਦਾ ਨਾਮ ਅਵਨ ਹੈ ਅਸੀਂ ਸ਼ੂਟ ਕਰ ਰਹੀਆਂ ਮੈਂ ਤੇ ਸਿੱਪੀ ਜੀ ਸਿੱਪੀ ਗਿਲ ਜੀ ਅ ਮੇਰਾ ਕੈਰੈਕਟਰ ਉਹੀ ਇੱਕ ਬਹੁਤ ਡੀਸੈਂਟ ਕੁੜੀ ਹੈ ਮੈਂ ਡਾਕਟਰ ਦਾ ਰੋਲ ਪਲੇ ਕਰ ਰਹੀ ਹਾਂ ਮੂਵੀ ਦੇ ਵਿੱਚ ਤੇ ਬੇਸਿਕਲੀ ਨਰੇਟ ਜਿਹੜਾ ਨਰੇਸ਼ਨ ਹੈ ਮੂਵੀ ਦਾ ਉਹ ਸਾਰਾ ਥਰੂ ਹੈ ਮੇਰੇ ਚੀਜ਼ਾਂ ਅਮ ਲਾਈਕ ਜਿਹੜੇ ਹੀਰੋ ਨੇ ਤੇ ਉਹਨਾਂ ਦੇ ਨਾਲ ਕਿਦਾਂ ਇਟਸ ਲਾਈਕ ਅ ਕੰਪਲੀਟ ਪੈਕੇਜ ਇਹ ਮੂਵੀ ਦੇ ਵਿੱਚ ਸਭ ਕੁਝ ਆ ਐਕਸ਼ਨ ਹੈ ਇਸ ਮੂਵੀ ਦੇ ਵਿੱਚ ਯੂ نو ਡਰਾਮਾ ਹੈ ਫੈਮਲੀ ਡਰਾਮਾ ਹੈ इमोशंस ਹੈ ਐਂਡ ਦੈਨ ਬਹੁਤ ਇਟਸ ਅ ਕੰਪਲੀਟ ਪੈਕੇਜ ਜਦੋਂ ਇਹ ਆਉਗੀ ਹੈਨਾ ਤਾਂ ਇਟਸ ਲਾਈਕ ਉਹ ਮੂਵੀ ਜਿਹੜੀ ਘਰ ਪਰਿਵਾਰ ਦੇ ਵਿੱਚ ਐਕਚੁਅਲੀ ਚੀਜ਼ਾਂ ਹੁੰਦੀਆਂ ਨੇ ਤੇ ਕਿਦਾਂ ਟਵਿਸਟ ਹੁੰਦਾ ਲਾਈਫ ਦੇ ਵਿੱਚ ਤੇ ਜੇ ਪਿੰਡਾਂ ਦੇ ਵਿੱਚ ਆਪਣਾ ਸ਼ਰੀਕਾ ਜਿਦਾਂ ਆਪਾਂ ਕਹਿੰਦੇ ਆ ਤੇ ਉਹ ਕੀ ਚੀਜ਼ਾਂ ਕਿਦਾਂ ਹੁੰਦੀਆਂ ਨੇ ਪੂਰੀ ਪਰਿਵਾਰਿਕ ਮੂਵੀ ਆ ਤੇ ਪਰਿਵਾਰਿਕ ਤੌਰ ਤੇ ਜੇ ਮੈਂ ਉਹਨੂੰ ਕਹਾਂ ਤਾਂ ਬਹੁਤ A++ ਸਕ੍ਰਿਪਟ ਸੋ ਸਿੱਪੀ ਸਰ ਤੋਂ ਕੀ ਸਿੱਖਣਾ ਮਿਲਿਆ ਅਰੇ ਬੜੇ সুইਟ ਨੇ ਯਾਰ ਉਹ ਮਤਲਬ ਹੀ ਸੋ ਸੋ ਸਾਇਲੈਂਟ ਉਹ ਬਿਲਕੁਲ ਵੀ ਫालतू ਗੱਲ ਨਹੀਂ ਕਰਦੇ ਮਤਲਬ ਉਹ ਬਿਲਕੁਲ ਸ਼ਾਂਤ ਰਹਿੰਦੇ ਆ ਐਂਡ ਹੀ ਇਸ ਆਲਵੇਸ ਸਮਾਈਲਿੰਗ ਜਦੋਂ ਵੀ ਹਲੇ ਤੱਕ ਮੇਰੇ ਉਹਨਾਂ ਨਾਲ ਬਹੁਤ ਸੀਨਸ ਨਹੀਂ ਹੋਏ ਐ ਇੱਕ ਅੱਧਾ ਸੀਨ ਹੋਇਆ ਬਟ ਹੀ ਇਜ਼ ਹੀ ਜੈਨੂਇਨਲੀ ਅ ਜੈਂਟਲਮੈਨ ਤੇ ਬਹੁਤ 스ਪੀਡ ਨਹੀਂ ਗਏ ਬਹੁਤ ਜ਼ਿਆਦਾ ਸੋ ਸੈਟ ਦਾ ਮਾਹੌਲ ਤੁਸੀਂ ਵੇਖ ਲਿਆ ਕਿ ਕਾਫੀ ਜ਼ਿਆਦਾ ਬਿਜ਼ੀ ਚੱਲ ਰਿਹਾ ਹੈ ਤੇ ਆਪਾਂ ਫਿਲਮ ਦੇ ਰਾਈਟਰ ਡਾਇਰੈਕਟਰ ਤੇ ਪ੍ਰੋਡਿਊਸਰ ਨਾਲ ਵੀ ਗੱਲਬਾਤ ਕਰ ਲਈ ਤੇ ਸਟਾਰ ਕਾਸਟ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਮੀਦ ਹੈ ਇਹਨਾਂ ਦੀਆਂ ਗੱਲਾਂ ਸੁਣ ਕੇ ਤੁਹਾਡੇ ਦਿਲ ਦੇ ਵਿੱਚ ਵੀ ਫਿਲਮ ਨੂੰ ਲੈ ਕੇ ਐਕਸਾਈਟਮੈਂਟ ਜ਼ਰੂਰ ਆ ਗਈ ਹੋਣੀ ਹੈ ਤੇ ਜੇ ਆਈ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤੇ ਫਿਲਹਾਲ ਦੇ ਲਈ ਮੈਨੇ ਯਾਨੀ ਕਿ ਸਿਮਰਨ ਹੰਸ ਨੂੰ ਦੇ ਵਿੱਚ ਆਜ਼ਾਦ